ਹੈਲੋ ਐਵਰੀਵਨ, ਵੈਲਕਮ ਟੂ ਰਾਈਟ ਟੂ ਐਜੂਕੇਸ਼ਨ। ਮੈਂ ਗੁਰਵਿੰਦਰ ਸਿੰਘ। ਸੋ ਦੇਖੋ, ਇਹ ਸਾਡੀ ਹਰਿਦੁਆਰ ਟ੍ਰਿਪ ਦਾ ਡੇ 2 ਹੈ, ਜੋ ਆਪਾਂ ਰਿਸ਼ੀਕੇਸ਼ ਜਾ ਰਹੇ ਹਾਂ, ਉਹਦੇ ਉੱਤੇ ਵੀਡੀਓ ਮੈਂ ਬਣਾ ਰਿਹਾ। ਸੋ ਸਭ ਤੋਂ ਪਹਿਲਾਂ ਦੇਖੋ, ਤੁਸੀਂ ਦਰਸ਼ਨ ਕਰ ਰਹੇ ਹੋ ਰਾਮ ਝੂਲਾ ਗੰਗਾ ਨਦੀ ਦੇ ਉੱਤੇ। ਦੇਖੋ, ਇਹ ਅਸੀਂ ਜਦ ਹਰਿਦੁਆਰ ਤੋਂ ਰਿਸ਼ੀਕੇਸ਼ ਗਏ ਤਾਂ ਉੱਥੇ ਇੱਕ ਪਲੇਸ ਹੈ ਮੁੰਨੀ ਕੀ ਰੇਤੀ। ਸੋ ਮੁੰਨੀ ਕੀ ਰੇਤੀ ਦੇ ਕੋਲ ਹੀ ਇਹ ਗੰਗਾ ਰਿਵਰ ਜੋ ਵਹਿ ਰਹੀ ਹੈ, ਅਤੇ ਇੱਥੇ ਆਹ ਜੋ ਤੁਸੀਂ ਰਾਮ ਝੂਲਾ ਦੇਖਿਆ, ਇਸੀ ਰਿਵਰ ਦੇ ਥੋੜ੍ਹਾ ਅੱਗੇ ਜਾ ਕੇ ਲਕਸ਼ਮਣ ਝੂਲਾ ਵੀ ਆਉਂਦਾ, ਜੋ ਕਿ ਬੰਦ ਹੋ ਚੁੱਕਾ ਹੋਇਆ। ਸੋ ਇਹ ਰਿਵਰ ਦੇ ਸਾਈਡ 'ਤੇ ਦੇਖੋ ਘਾਟ ਬਣੇ ਹੋਏ ਨੇ, ਅਤੇ ਮੇਰੇ ਨਾਲ ਮੇਰਾ ਬ੍ਰਦਰ ਅਤੇ ਉਹਨਾਂ ਦਾ ਇੱਕ ਫਰੈਂਡ ਸੀਗਾ, ਆਪਾਂ ਜਾ ਰਹੇ ਹਾਂ ਨਾਲ। ਇਹ ਗਾਈਡ ਹੈਗਾ ਜਿਹੜਾ ਸਾਨੂੰ ਅੱਗੇ ਰਾਫਟਿੰਗ ਕਰਾਉਂਦੇ ਨੇ, ਅਤੇ ਉਹਨਾਂ ਦਾ ਇੱਕ ਮੈਂਬਰ ਸੀਗਾ, ਵਾਈਲਡ ਕੁਐਸਟ ਅਸੀਂ ਹਾਇਰ ਕੀਤਾ ਸੀ। ਸੋ ਰਿਵਰ ਦੇਖੋ ਜ਼ਿਆਦਾ ਫਲੋ ਨਹੀਂ ਹੈ ਇਸ ਵਕਤ ਇਹਦਾ, ਸੋ ਨੋਰਮਲ ਸੀਗਾ, ਅਤੇ ਇਹਦੇ ਵਿੱਚ ਰਾਫਟਿੰਗ ਕੋਈ ਬਹੁਤ ਡਿਫੀਕਲਟ ਲੱਗੀ ਨਹੀਂ ਮੈਨੂੰ, ਮਤਲਬ ਮਜ਼ਾ ਆਇਆ, ਫੁੱਲ ਐਡਵੈਂਚਰਸ ਸੀਗਾ। ਮੌਸਮ ਵੀ ਬਹੁਤ ਅੱਛਾ ਸੀਗਾ, ਆਪਾਂ ਅਪ੍ਰੈਲ ਮਹੀਨੇ 'ਚ ਗਏ ਅਤੇ ਬਹੁਤ ਜ਼ਿਆਦਾ ਗਰਮੀ ਵੀ ਨਹੀਂ ਲੱਗ ਰਹੀ ਸੀ। ਉਂਝ ਦੁਪਹਿਰ ਤੱਕ ਤਾਂ ਜੇ ਤੁਸੀਂ ਨੰਗੇ ਪੈਰੀ ਚੱਲੋ ਤਾਂ ਬਹੁਤ ਜ਼ਿਆਦਾ ਜ਼ਮੀਨ ਤਪਦੀ ਪਈ ਸੀ, ਬਟ ਸਹੀ ਸੀਗਾ ਮੌਸਮ। ਸੋ ਦੇਖੋ ਹੁਣ ਆਪਾਂ ਆ ਗਏ, ਸਾਡਾ ਗਰੁੱਪ ਸੀਗਾ ਪ੍ਰੋਪਰ। ਸੋ ਇਹ ਮੇਰਾ ਕਜ਼ਨ ਬ੍ਰਦਰ ਹੈ। ਸੋ ਇਹ ਗਰੁੱਪ, ਹੁਣ ਦੇਖੋ ਆਪਾਂ ਰਾਫਟ ਦੇ ਵਿੱਚ ਬੈਠ ਗਏ ਹਾਂ। ਸੋ ਇਹ ਕੁਛ ਪਿਕਚਰਸ ਨੇ। ਸੋ ਇਹ ਵੀਡੀਓ ਤੁਸੀਂ ਦੇਖੋਗੇ ਤੁਹਾਨੂੰ ਫੁੱਲ ਇੰਜੋਏ ਹੋਏਗਾ, ਰਾਫਟਿੰਗ ਮੈਂ ਪੂਰੀ ਵੀਡੀਓ ਇਹਦੇ 'ਚ ਪਾਈ ਹੈ। ਸੋ ਇਹ ਸਾਰਾ ਸਾਡਾ ਗਰੁੱਪ ਹੈ। ਨੌ ਲੋਕਾਂ ਦਾ ਗਰੁੱਪ ਹੈ ਅਤੇ 10th ਖੁਦ ਉਹ ਗਾਈਡ ਜਿਹੜਾ ਕਰਦਾ, ਗਾਈਡਰ ਹੁੰਦਾ। ਸੋ ਇਹਦੇ ਵਿੱਚ ਸਾਨੂੰ ਮੇਨ 3 ਸਟੈਪ ਸਿਖਾਏ ਗਏ, ਫੋਰਵਰਡ, ਬੈਕਵਰਡ ਅਤੇ ਸਟੋਪ। ਹੁਣ ਇਸ ਵਕਤ ਆਪਾਂ ਫੋਰਵਰਡ ਕਰ ਰਹੇ ਹਾਂ। ਫੋਰਵਰਡ ਸਿੰਪਲ ਜਿਹਾ ਮੀਨਸ ਹੈ ਕਿ ਅੱਗੇ ਨੂੰ ਜਾਣਾ, ਅਤੇ ਉਸ ਅਕੋਰਡਿੰਗ ਇਹਨੂੰ ਆਪਾਂ ਜੋ ਸਾਨੂੰ ਫੜਾਇਆ ਗਿਆ ਇਹਨੂੰ ਪ੍ਰੋਪਰਲੀ ਪੈਡਲ ਕਰਨਾ। ਸੋ ਦੇਖੋ ਇਹਦੇ ਵਿੱਚ ਮੇਨਲੀ ਤਾਂ ਆਪਾਂ ਅੱਗੇ ਵਾਲੇ ਹੀ ਕਰ ਰਹੇ ਸੀਗੇ, ਤੁਸੀਂ ਦੇਖ ਰਹੇ ਹੋਗੇ ਲੈਫਟ ਸਾਈਡ 'ਤੇ ਅੱਜ ਉਹ ਗਰਲ ਬੈਠੀ ਕੀ ਕਰ ਰਹੀ ਹੈ। ਸੋ ਜ਼ੋਰ ਸਾਡਾ ਅੱਗੇ ਵਾਲਿਆਂ ਦਾ ਪੂਰਾ ਲੱਗਾ ਹੋਇਆ ਸੀ, ਪਿੱਛੇ ਫੋਰਮੈਲਿਟੀ ਹੋ ਰਹੀ ਸੀ ਪੂਰੀ। ਇਸ ਗਰੁੱਪ ਦੇ ਵਿੱਚ ਜੋ ਲਾਸਟ 'ਤੇ ਦੋ ਕੁੜੀਆਂ ਬੈਠੀਆਂ ਲੈਫਟ ਅਤੇ ਰਾਈਟ ਦੇ ਵਿੱਚ, ਇਹ 3 ਭੈਣਾਂ ਸੀਗੀਆਂ, ਇੱਕ ਅੱਗੇ ਵੀ ਬੈਠੀ ਹੈ। ਸੋ ਇਹਨਾਂ ਨੇ ਇੰਨਾ ਖੋਰੂ ਪਾਇਆ ਹੋਇਆ ਸੀ, ਇਹਨਾਂ 'ਚੋਂ ਇੱਕ ਨੂੰ ਸਵਿਮਿੰਗ ਆਉਂਦੀ ਵੀ ਨਹੀਂ ਸੀ, ਉਹਨੇ ਛਾਲ ਮਾਰ ਦਿੱਤੀ ਸੀ, ਹੁਣ ਅੱਗੇ ਆਊਗਾ ਦੇਖਿਓ। ਸੋ ਬਹੁਤ ਖੱਪ ਪਾ ਰਹੀਆਂ ਸੀ। ਸੋ ਬਹੁਤ ਐਡਵੈਂਚਰਸ ਸੀਗਾ। ਸੋ ਜਦ ਵੀ ਤੁਸੀਂ ਕਦੀ ਜਾਓ ਰਿਸ਼ੀਕੇਸ਼ ਵਾਲੀ ਸਾਈਡ, ਰਾਫਟਿੰਗ ਜ਼ਰੂਰ ਕਰਨੀ ਹੈ। ਸੋ ਸਾਡਾ ਇਹ ਜੋ ਰਾਫਟਿੰਗ ਵਾਲਾ ਸੀਗਾ, 12 ਕਿਲੋਮੀਟਰ ਡਿਸਟੈਂਸ ਸੀਗਾ, ਜਿਹਦੇ ਵਿੱਚ ਪਰ ਪਰਸਨ ਇਹਨਾਂ ਨੇ 600 ਰੁਪਏ ਲਿਆ ਸੀ, ਅਤੇ ਅਸੀਂ ਜਿਸ ਮਤਲਬ ਜਿਹਨਾਂ ਨੂੰ ਹਾਇਰ ਕੀਤਾ ਸੀ, ਉਹ ਸੀ ਵਾਈਲਡ ਕੁਐਸਟ, ਠੀਕ ਹੈ। ਸੋ ਸਭ ਦਾ ਆਪਾਂ ਆਪਣਾ ਰੇਟ ਹੈ, ਪਹਿਲਾਂ ਸਾਨੂੰ ਇਹ 800 ਰੁਪਏ ਕਹਿ ਰਹੇ ਸੀ, ਫਿਰ ਆਪਾਂ ਗੱਲ ਕੀਤੀ ਅਤੇ 600 ਰੁਪਏ ਤੱਕ ਮੰਨ ਗਏ ਸੀ, ਠੀਕ ਹੈ। ਅਤੇ ਫਿਰ 20 ਰੁਪਏ ਇੱਕ ਐਕਸਟਰਾ ਲੈਂਦੇ ਨੇ ਜਦ ਇਹਦੇ ਵਿੱਚ ਇਸ ਰੀਜਨ ਜਾਣਾ ਹੁੰਦਾ। ਸੋ ਮੈਂ ਵੀ ਪਤਾ ਨਹੀਂ, ਜਿੰਨਾ ਜਿਹੜੇ ਇੱਥੇ ਦੇ ਮੇਨਟੇਨੈਂਸ ਕਰਦੇ ਹੋਣਗੇ ਉਹਨਾਂ ਦਾ 20 ਰੁਪਏ ਲੈਂਦੇ ਹੋਣੇ। ਸੋ ਟੋਟਲ ਇੱਕ ਪਰ ਪਰਸਨ 620 ਰੁਪਏ ਲੱਗੇ। ਈਵਨ ਮੈਨੂੰ ਸਵਿਮਿੰਗ ਆਉਂਦੀ ਵੀ ਸੀ, ਬਟ ਮੈਂ ਕਦੀ ਰਿਵਰ 'ਚ ਨਹੀਂ ਕੀਤੀ। ਸੋ ਮੈਨੂੰ ਥੋੜ੍ਹਾ ਜਿਹਾ ਸੀਗਾ, ਪਹਿਲੀ ਵਾਰ ਝਿਜਕ ਹੋ ਰਹੀ ਸੀ ਕਿ ਵਿੱਚ ਛਾਲ ਮਾਰਾਂ ਨਾ ਮਾਰਾਂ। ਆਹ ਦੇਖੋ, ਆਹ ਕੁੜੀ ਨੇ ਛਾਲ ਮਾਰ ਦਿੱਤੀ, ਅਤੇ ਇਹਨੂੰ ਕੁਛ ਸਵਿਮਿੰਗ ਦਾ ਪਤਾ ਵੀ ਨਹੀਂ ਸੀਗਾ, ਅਤੇ ਬਾਅਦ 'ਚੋਂ ਬੋਲੇ ਸਾਰਿਆਂ ਨੇ ਇਹਨੂੰ। ਆਹ ਦੇਖੋ, ਫਿਰ ਮਸਾ ਜਾ ਕੇ ਫੜਿਆ ਇਹਨੂੰ, ਹਾਲੇ ਪਾਣੀ ਦਾ ਫਲੋ ਸਲੋ ਸੀਗਾ, ਇੱਥੇ ਰੁਕ ਗਈ।
ਮੇਰੇ ਨਾਲ ਜਿਹੜੇ ਗਏ ਸੀਗੇ ਮੇਰਾ ਕਜ਼ਨ ਬ੍ਰਦਰ ਸੀ ਅਤੇ ਇੱਕ ਉਹਨਾਂ ਦਾ ਫਰੈਂਡ, ਇੱਕ ਫਰੈਂਡ ਜਿਹੜਾ ਸੀ ਉਹ ਤਾਂ ਉਤਰੇ ਹੀ ਨਹੀਂ ਨੀਚੇ, ਅਤੇ ਕਜ਼ਨ ਨੀਚੇ ਉਤਰਿਆ ਸੀ ਲੇਕਿਨ ਉਹ ਸਾਈਡ 'ਤੇ ਮਤਲਬ ਜੋ ਰੱਸੀ ਤੁਹਾਨੂੰ ਦਿਖ ਰਹੀ ਹੋਊਗੀ ਰਾਫਟ ਦੀ, ਉਹਨੂੰ ਫੜ ਕੇ ਨੀਚੇ ਉਤਰਿਆ। ਪਾਣੀ ਬਹੁਤ ਠੰਡਾ ਸੀ, ਮੈਂ ਤਾਂ ਹਾਲੇ ਇੱਦਾਂ ਹੀ ਹੌਲੀ ਹੌਲੀ ਕੋਨਫੀਡੈਂਸ ਆ ਰਿਹਾ ਸੀ ਰਿਵਰ ਦੇ ਵਿੱਚ ਆਉਣ ਦਾ, ਅਤੇ ਮੈਂ ਹਾਲੇ ਜੋ ਨੋਰਮਲੀ ਪੂਲ ਦੇ ਵਿੱਚ ਜਿੱਦਾਂ ਤੈਰ ਰਹੇ ਉੱਦਾਂ ਤੈਰ ਰਿਹਾ ਸੀ, ਬਟ ਇੱਥੇ ਸਵੀਮਿੰਗ ਕਰਕੇ ਥੋੜ੍ਹਾ ਕੋਨਫੀਡੈਂਸ ਕਾਫੀ ਵੱਧ ਗਿਆ ਮੇਰਾ। ਫਿਰ ਆਹ ਦੇਖੋ ਹੌਲੀ ਹੌਲੀ ਮੈਂ ਵਿੱਚ ਜਾਣਾ ਸ਼ੁਰੂ ਕਰਤਾ ਸੀ ਪ੍ਰੋਪਰਲੀ, ਫਿਰ ਮੈਂ ਰੱਸੀ ਵੀ ਛੱਡਤੀ ਸੀ, ਸੋ ਫਿਰ ਪ੍ਰੋਪਰਲੀ ਸਵੀਮਿੰਗ ਕਰਨੀ ਸ਼ੁਰੂ ਕਰਤੀ। ਉਹੀ ਹੈ ਨਾ, ਕਦੀ ਕੀਤੀ ਨਹੀਂ ਸੀ ਰਿਵਰ 'ਚ, ਸੋ ਪਹਿਲੀ ਵਾਰ ਕਰ ਰਿਹਾ ਸੀ ਰਿਵਰ 'ਚ, ਫਿਰ ਅੱਗੇ ਜਾ ਕੇ ਮੈਂ ਆਪ ਹੀ ਕਰੀ ਗਿਆ, ਫਿਰ ਉਹੀ ਹੈ ਕੋਨਫੀਡੈਂਸ ਵੱਧ ਗਿਆ ਸੀਗਾ। ਅਤੇ ਸਮਝ ਲੱਗ ਗਈ ਸੀ ਕਿ ਬਸ ਜਿਵੇਂ ਆਪਾਂ ਸਵੀਮਿੰਗ ਪੂਲ 'ਚ ਸਵੀਮਿੰਗ ਕਰਦੇ ਹਾਂ ਉਹਦੇ ਨਾਲ ਉਹ ਠੀਕ ਹੈ। ਸਵੀਮਿੰਗ ਪੂਲ 'ਚ ਇਹ ਹੁੰਦਾ ਕਿ ਪਾਣੀ ਖੜਿਆ ਰਹਿੰਦਾ, ਇੱਥੇ ਪਾਣੀ ਫਲੋ ਕਰਦਾ। ਆਹ ਦੇਖੋ ਫਿਰ ਹੌਸਲਾ ਹੋਰ ਖੁੱਲ੍ਹ ਗਿਆ, ਫਿਰ ਤਾਂ ਛਾਲਾ ਹੀ ਮਾਰਨ ਲੱਗ ਗਏ ਸੀ। ਨੈਕਸਟ ਹੁਣ ਆਪਾਂ ਵਾਪਸ ਰਿਸ਼ੀਕੇਸ਼ ਰਾਣੀ ਕੀ ਰੇਤੀ ਤੋਂ ਫਿਰ ਆਪਾਂ ਰਾਤ ਨੂੰ ਆ ਗਏ ਸੀ। ਤਪੋਵਨ ਜਗ੍ਹਾ ਪੈਂਦੀ ਹੈ, ਉੱਥੇ ਅਸੀਂ ਔਰਚਿਡ ਹੋਟਲ ਬੁੱਕ ਕੀਤਾ, ਬਹੁਤ ਵਧੀਆ ਸੀਗਾ। ਪਰ ਨਾਈਟ ਦਾ ਉਹਨਾਂ ਨੇ ਸਾਡੇ 1800 ਰੁਪਏ ਲਿਆ ਸੀ, ਬਾਕੀ ਸਾਰੇ ਹੋਟਲ ਬਹੁਤ ਮਹਿੰਗੇ ਪੈ ਰਹੇ ਸੀ। ਨੈਕਸਟ ਆ ਦੇਖੋ ਤ੍ਰਿਵੇਣੀ ਘਾਟ, ਉੱਥੇ ਪੈਂਦੀ ਜਗ੍ਹਾ ਤ੍ਰਿਵੇਣੀ ਘਾਟ, ਸ਼ਾਮ ਨੂੰ ਉੱਥੇ ਆਰਤੀ ਹੁੰਦੀ ਹੈ, ਬਹੁਤ ਵਧੀਆ, ਬਹੁਤ ਜੇ ਤੁਸੀਂ ਜਾਓ ਬਹੁਤ ਅਟਰੈਕਟ ਹੋਵੋਗੇ, ਬਹੁਤ ਮਨ ਨੂੰ ਸ਼ਾਂਤੀ ਮਿਲੇਗੀ। ਇੱਥੇ ਤ੍ਰਿਵੇਣੀ ਘਾਟ ਕਹਿੰਦੇ ਆ ਕਿ ਜਿੱਥੇ ਜਿਵੇਂ ਨਦੀਆਂ ਦਾ ਸੰਗਮ ਹੈ, ਤ੍ਰਿਵੇਣੀ ਘਾਟ ਕਹਿੰਦੇ ਆ। ਨੈਕਸਟ ਫਿਰ ਆਪਾਂ ਤ੍ਰਿਵੇਣੀ ਘਾਟ ਤੋਂ ਬਾਹਰ ਨਿਕਲੇ ਮੁੰਨੀ ਕੀ ਰੇਤੀ ਤੋਂ, ਤਾਂ ਪੋਵਨ ਜਗ੍ਹਾ ਪੈਂਦੀ, ਉੱਥੇ ਫਿਰ ਹੋਟਲ ਬੁੱਕ ਕੀਤਾ, ਹੋਟਲ ਔਰਚਿਡ। ਸੋ 1800 ਰੁਪਏ ਪਰ ਨਾਈਟ ਇੱਦਾਂ ਨੇ ਲਿਆ ਸੀ, ਜੋ ਕਿ ਕਾਫੀ ਸਹੀ ਸੀਗਾ ਕੰਪੈਰੇਟਿਵਲੀ। ਬਾਕੀ ਜੋ ਹੋਟਲ 4-5 ਹਜ਼ਾਰ ਦੇ ਮਿਲਦੇ ਸੀ ਇੱਥੇ, ਸੋ ਕਾਫੀ ਕੋਸਟਲੀ ਸੀਗੀ ਜਗ੍ਹਾ ਇਹ, ਬਟ ਫਿਰ ਵੀ ਚਲੋ ਸਾਨੂੰ ਇੱਕ ਨਾਈਟ ਦੇ ਲਈ ਮਿਲ ਗਿਆ। ਨੈਕਸਟ ਫਿਰ ਅਗਲੇ ਦਿਨ ਆਪਾਂ ਨੀਰ ਫਾਲ ਉੱਥੇ ਹੈਗਾ, ਬਹੁਤ ਵਧੀਆ ਸੀਗਾ ਇੱਥੇ, ਲੇਕਿਨ ਇਸ ਦਿਨ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਸੀ, ਸੋ ਇਸ ਵਾਟਰਫਾਲ 'ਤੇ ਗਏ। ਸੋ ਇਹ ਸੀ ਸਾਡਾ ਟ੍ਰਿਪ ਰਿਸ਼ੀਕੇਸ਼ ਦਾ, ਆਈ ਹੋਪ ਤੁਸੀਂ ਸਭ ਨੇ ਇੰਜੋਏ ਕੀਤਾ ਹੋਊਗਾ। ਸੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।